ਦੂਜੀ ਗੱਲ ਇਹ ਬਈ ਇਹ ਬੱਚਾ ਕੁਝ ਆਪਣੇ ਤਾਸੁਰਾਤ ਬਿਆਨ ਕਰੇ ਸੀ ਅਤੇ ਇਹਦੇ ਘਰ ਦੇ ਕਿਹੜੇ ਹਾਲਾਤ ਨਿਜ਼ਾਮ ਜਿਹੜਾ ਹੈ ਬਹੁਤ ਹੈਵੀ ਸੀ ਗਏ ਕਿਉਂਕਿ ਜਿਹੜੀ ਮਹਿੰਗਾਈ ਹੈ ਮਸ਼ਹੂਰ ਬੱਚੇ ਥੋੜ੍ਹਾ ਜਿਹਾ ਛੋਟਾ ਜਿਹਾ ਸਟਾਲ ਨਹੀਂ ਕਰੇ ਇਹ ਤੂੰ ਜ਼ਰਾ ਇਹਨੇ ਆਪਣਾ ਦਿਖਾ ਨਾ ਇਹ ਇਹ ਇਹਦਾ ਕਾਰੋਬਾਰ ਹੈ ਜਲਦੀ ਜਲਦੀ ਫੇਰ ਕੇ ਅਤੇ ਬਲਾ ਅਜੀ ਵੇਰੀ ਹੋ ਗਈ ਨਾ ਇਹ ਬੱਚੇ ਦਾ ਇਹ ਸਟਾਲ ਹੈ ਜਿਹੜਾ ਕਿ ਇਹ 400-500 ਰੁਪਈਆ ਕਮਾ ਕੇ ਘਰ ਗਏ ਮੈਂ 400-500 ਰੁਪਏ ਦੱਸੋ ਘਿਓ ਦਾ ਕਿਲੋ ਵੀ ਨਹੀਂ ਥੀਦਾ ਲਿਆਦਾ ਇਹ ਆਪਣੇ ਤਾਸੁਰਾਤ ਦਾ ਬਿਆਨ ਕਰਦਾ ਪਏ ਤੁਸੀਂ ਲਾਜ਼ਮੀ ਚੱਲ ਬਈ ਇਹ ਆਪਣੇ ਤਾਸੁਰਾਤ ਦੱਸਦਾ ਵੀ ਹੈ ਤੁਸਾਂ ਜਿਹੜਾ ਹੈ ਇਹਦੇ ਤਾਸੁਰਾਤ ਵੀ ਸੁਣੋ ਦੇਖਾ ਇਹ ਕਿਹਾ ਤੇ ਸ਼ਬਾਜ਼ ਸ਼ਰੀਫ ਦੇ ਬਾਰੇ ਹਾਂ ਬਈ ਬੋਲ ਹੀ ਜਵਾਨ ਦੇ ਵਾਲੇ ਸ਼ਬਾਜ਼ੇ ਦੀ ਜਿੰਜੋ ਸਾਖ ਤਮਾ ਭਈ ਖਾਲਾ ਨੇ ਵਾ ਅਸਾ ਦਾ ਈ ਤੇ ਨਵੇਂ ਕੱਪੜੇ ਨਹੀਂ ਗਿੰਦੇ ਫੱਟੇ ਪੁਰਾਣੇ ਕੱਪੜੇ ਪਾਜੋ ਨੇ ਮਰਿਆਮ ਤੇਰੀ ਮਾਂ ਦੀ ਗੁੰਮ ਸਲਾਮ ਸਲਾਮ ਅੜਾਈ ਸੋ ਤੇ ਗਿਆ ਖੜੇ ਸਾਰੀ ਤਾਂ ਸ਼ਾਮ ਦੀ ਰੋਟੀ ਖਾਣੀ ਹੋਈ ਤੇ ਜੋ ਇਹਦੀ ਮਹਿੰਗਾਈ ਕਰਕੇ ਸਾਰੀ ਤਾਂ ਈ ਦੀ ਸਹੀ ਨਹੀਂ ਹੋਈ